ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬ੍ਰਿਟਿਸ਼ ਫੌਜ ਦੇ ਅਧਿਕਾਰੀਆਂ ਦੇ ਇੱਕ ਵਫਦ ਨੇ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵਫਦ ਦੇ ਮੈਂਬਰਾਂ ਦਾ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਗੁਰੂ ਬਖਸ਼ ਸਿਰੋਪਾਓ ਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ। ਵਫਦ ਨਾਲ ਆਏ ਡਿਫੈਂਸ ਸਿੱਖ ਨੈਟਵਰਕ ਯੂਕੇ ਨਾਲ ਸੰਬੰਧਿਤ ਬ੍ਰਿਟਿਸ਼ ਫੌਜ ਦੇ ਅਫਸਰ ਮੇਜਰ ਦਲਜਿੰਦਰ ਸਿੰਘ ਵਿਰਦੀ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੂੰ ਸਿੱਖ ਨੈਟਵਰਕ ਵੱਲੋਂ ਤਿਆਰ ਕਰਵਾਏ ਗਏ ਨਿਤਨੇਮ ਦੇ ਗੁਟਕਾ ਸਾਹਿਬ ਅਤੇ ਬ੍ਰਿਟਿਸ਼ ਫੌਜ ਅੰਦਰ ਸਿੱਖ ਪਛਾਣ ਅਤੇ ਦਸਤਾਰ ਬਾਰੇ ਛਾਪਿਆ ਸਾਹਿਤ ਵੀ ਭੇਟ ਕੀਤਾ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੱਸਣਾ ਹੈ, ਮੈਂ ਮੇਜਰ ਦਲਜਿੰਦਰ ਸਿੰਘ ਅਤੇ ਅਸੀਂ ਬ੍ਰਿਟਿਸ਼ ਆਰਮੀ ਤੋਂ ਆਏ ਹਾਂ ਅੱਜ ਇੱਥੇ ਅੰਮ੍ਰਿਤਸਰ। ਸਾਨੂੰ ਬਹੁਤ ਖੁਸ਼ੀ ਆ ਕਿ ਇੱਥੇ ਆ ਕੇ ਦਰਸ਼ਨ ਹਰਿਮੰਦਰ ਸਾਹਿਬ ਦਾ ਮੌਕਾ ਵੀ ਮਿਲਿਆ ਅਤੇ ਸੰਗਤ ਦਾ ਵੀ। ਅੱਜ ਅਸੀਂ ਇੱਥੇ ਪ੍ਰਧਾਨ ਸਾਹਿਬ ਦੇ ਨਾਲ ਮਿਲ ਕੇ ਉਹਨਾਂ ਨੂੰ ਆਪਣੇ ਪ੍ਰੋਜੈਕਟਸ ਬਾਰੇ ਦੱਸਿਆ। ਆਪਣਾ ਗਰੁੱਪ ਚੱਲਦੇ ਆ ਡਿਫੈਂਸ ਸਿੱਖ ਨੈਟਵਰਕ, ਜਿਹਦੇ ਵਿੱਚ ਆਪਣੇ ਜਿੰਨੇ ਵੀ ਸਿੱਖ ਯੂਕੇ ਡਿਫੈਂਸ ਦੇ ਵਿੱਚ ਆ ਉਹਨਾਂ ਨੂੰ ਸਪੋਰਟ ਕਰਦੇ ਆ। ਅਤੇ ਕਿਵੇਂ ਸਪੋਰਟ ਕਰਦੇ? ਅਸੀਂ ਉਹਨਾਂ ਨੂੰ ਪੋਲਿਸੀ ਬਾਰੇ ਦੱਸਦੇ ਹਾਂ ਕਿ ਯੂਨੀਫੋਰਮ ਦਸਤਾਰ ਕਿਵੇਂ ਬਣਨਾ ਆਪਣੇ ਬ੍ਰਿਟਿਸ਼ ਮਿਲਟਰੀ ਦੇ ਵਿੱਚ। ਅਤੇ ਇੱਕ ਨਵਾਂ ਉਪਰਾਲਾ ਆਪਣਾ ਸ਼ੁਰੂ ਕੀਤਾ, ਰੀਇੰਟਰੋਡਕਸ਼ਨ ਆਫ ਨਿਤਨੇਮ ਗੁਟਕਾ, ਕਿ ਇੱਕ ਨਿਤਨੇਮ ਗੁਟਕਾ ਅਸੀਂ ਛਾਪਿਆ। ਉਹ ਵੀ ਕਿ ਜਿੱਥੇ ਵੀ ਕੱਲ੍ਹ ਨੂੰ ਕੋਈ ਆਪਣਾ ਸਿੱਖ ਭਾਵੇਂ ਜੰਗ 'ਚ ਜਾਈਏ ਭਾਵੇਂ ਜਿੱਥੇ ਵੀ ਦੁਨੀਆ 'ਚ ਆਪਣਾ ਨਿਤਨੇਮ ਗੁਟਕਾ ਆਪਣੇ ਕੋਲ ਰੱਖਣ। ਅਤੇ ਯਾ ਸੋ ਥੈਂਕ ਯੂ ਸੋ ਮੱਚ ਫੋਰ ਆਲ ਦਾ ਕਮਿਊਨਿਟੀ ਸਪੋਰਟ, ਵੀ ਰੀਲੀ ਅਪਰੀਸ਼ੀਏਟ ਇਟ ਐਂਡ ਇਟਸ ਅ ਪ੍ਰਿਵਿਲੇਜ ਟੂ ਬੀ ਹੇਅਰ ਇਨ ਅੰਮ੍ਰਿਤਸਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ ਜੀ। ਸਾਰਾ ਗੜੀ ਫਾਊਂਡੇਸ਼ਨ ਦੇ ਬਤੌਰ ਚੇਅਰਮੈਨ ਡਾਕਟਰ ਗੁਰਿੰਦਰ ਪਾਲ ਸਿੰਘ ਜੋਸਨ, ਅਸੀਂ 6ਵੀਂ ਵਾਰ ਬ੍ਰਿਟਿਸ਼ ਆਰਮੀ ਡੈਲੀਗੇਸ਼ਨ ਇੰਡੀਆ ਲੈ ਕੇ ਆਏ ਹਾਂ। ਇਸ ਤੋਂ ਬਿਨਾਂ ਅਮੈਰੀਕਾ ਵਿੱਚ ਵੀ ਅਸੀਂ ਸਾਰਾ ਗੜੀ ਦੀ ਇਵੈਂਟ ਕਰਾਉਂਦੇ ਹਾਂ। ਇਹ ਸਾਡੇ ਲਈ ਬਹੁਤ ਹੀ ਸੁਭਾਗਾ ਸਮਾਂ ਹੈ ਕਿ ਐਸਜੀਪੀਸੀ ਦੇ ਪ੍ਰਧਾਨ ਜੀ ਨੇ ਅੱਜ ਮੇਜਰ ਜਨਰਲ ਸੀਡੀਆ ਹਾਰਵੀ, ਜੋ ਕਿ 10 ਮੈਂਬਰੀ ਡੈਲੀਗੇਸ਼ਨ ਦੀ ਅਗਵਾਈ ਕਰ ਰਹੇ, ਉਹਨਾਂ ਨੂੰ ਸਨਮਾਨਿਤ ਕੀਤਾ ਹੈ। ਅਤੇ ਬ੍ਰਿਟਿਸ਼ ਆਰਮੀ ਵੱਲੋਂ ਪ੍ਰੈਜੀਡੈਂਟ ਸਾਹਿਬ ਨੂੰ ਸਨਮਾਨਿਤ ਕਰਕੇ ਇਹ ਦਰਸਾਇਆ ਗਿਆ ਹੈ ਕਿ ਇੰਡੀਆ ਦੀ ਅਤੇ ਬ੍ਰਿਟਿਸ਼ ਦੀ ਆਪਸ ਜੋ ਕੋਲੈਬਰੇਸ਼ਨ ਸਦੀਆਂ ਤੋਂ ਚੱਲੀ ਆ ਰਹੀ ਸੀ ਉਹ ਲਗਾਤਾਰ ਚੱਲਦੀ ਰਹੇਗੀ, ਆਪਸੀ ਮਿੱਤਰਤਾ ਭਾਵ ਚੱਲੇਗਾ। ਨਾਲ ਹੀ ਸਾਡੀ ਜਿਹੜੇ ਮੇਜਰ ਹਨ ਵਿਰਤੀ ਜੀ, ਉਹਨਾਂ ਨੇ ਇੱਕ ਗੁਟਕਾ ਸਾਹਿਬ ਤਿਆਰ ਕੀਤਾ ਹੈ, ਜੋ ਕਿ ਉਹਨਾਂ ਦੀਆਂ ਤਿੰਨੋਂ ਏਅਰਫੋਰਸ, ਨੇਵੀ ਅਤੇ ਥਲ ਸੈਨਾ ਵਿੱਚ ਹਰ ਸਿੱਖ ਦੇ ਕੋਲ ਹੋਏਗਾ। ਜਿਸ ਤਰ੍ਹਾਂ ਕਿ ਪੁਰਾਤਨ ਸਮੇਂ 'ਚ ਫਸਟ ਵਰਲਡ ਵਾਰ, ਸੈਕਿੰਡ ਵਰਲਡ ਵਾਰ ਸਮੇਂ ਛੋਟੀ ਸਫਰੀ ਬੀਡ ਉਹਨਾਂ ਦੇ ਕੋਲ ਹੁੰਦੀ ਸੀ। ਅਤੇ ਇਹ ਸਾਰੇ ਕਾਰਜ ਜੋ ਹੁਣ ਸਾਰਾ ਗਰੀਬ ਫਾਊਂਡੇਸ਼ਨ ਦੇ ਥਰੂ ਹੀ ਅਸੀਂ ਕਰਵਾ ਰਹੇ ਹਾਂ ਲਗਾਤਾਰ। 87 ਤੋਂ ਅਸੀਂ ਇਹ ਕਾਰਜ ਕਰ ਰਹੇ ਹਾਂ। ਅਤੇ ਮੈਂ ਆਪ ਸਭ ਨੂੰ ਅਪੀਲ ਕਰਾਂਗਾ, ਅਸੀਂ 125 ਸਾਲਾਂ ਦੀ ਯਾਦ ਵਿੱਚ ਕੱਲ੍ਹ ਗੁਰਦੁਆਰਾ ਸਾਰਾ ਗੜੀ ਸਾਹਿਬ ਅੰਮ੍ਰਿਤਸਰ ਵਿਖੇ ਕੀਰਤਨ ਦਰਬਾਰ ਕਰਵਾ ਰਹੇ ਹਾਂ। ਸ਼ਾਮ 4 ਵਜੇ ਤੋਂ ਲੈ ਕੇ 10 ਵਜੇ ਤੱਕ ਚੱਲੇਗਾ। ਅਤੇ ਆਪ ਸੰਗਤਾਂ ਉਸ ਵਿੱਚ ਹਾਜ਼ਰੀ ਭਰੋ। ਅਤੇ ਬ੍ਰਿਟਿਸ਼ ਆਰਮੀ ਅਤੇ ਸਿੱਖਾਂ ਵੱਲੋਂ ਕੀਤਾ ਗਿਆ ਕੀਰਤਨ ਦਾ ਤੁਸੀਂ ਲਾਹਾ ਲੈ ਸਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅੱਜ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਕਿ ਬ੍ਰਿਟਿਸ਼ ਤੋਂ ਸਾਕਾ ਸਾਰਾ ਗੜੀ ਦੇ ਸਮਰਪਿਤ ਇੱਕ ਇਹਨਾਂ ਦਾ ਡੈਲੀਗੇਟ ਅੱਜ ਇੱਥੇ ਆਇਆ। ਉਹਦੇ ਵਿੱਚ ਇਹਨਾਂ ਦੇ ਕਮਾਂਡਿੰਗ ਕਹਿਲਵਾ ਜਨਰਲ ਸਾਹਿਬ ਨਾਲ ਹੋਰ ਛੋਟੇ ਸਾਰੇ ਅਧਿਕਾਰੀ, ਸਾਰੇ ਕੈਪਟਨ, ਮੇਜਰ ਐਂਡ ਅਦਰ ਸਰ ਹੇਅਰ। ਮੈਂ ਮਹਿਸੂਸ ਕਰਦਾ ਆ ਜਿਹੜੀ ਨਹੀਂ ਮੈਨੂੰ ਹੁਣ ਜਾਣਕਾਰੀ ਦਿੱਤੀ ਆ, ਇਹ ਸਾਡਾ ਸਿੰਘ ਨਾਲ ਆਇਆ ਆ। ਇੱਕ ਇਹਨਾਂ ਨੇ ਬਹੁਤ ਖੂਬਸੂਰਤ ਜਿਹੜੀ ਡਿਫੈਂਸ ਸਿੱਖ ਨੈਟਵਰਕ ਆ, ਸ਼ਾਇਦ ਬਹੁਤ ਘੱਟ ਮੁਲਕਾਂ ਦੇ ਵਿੱਚ ਸ਼ਾਇਦ ਇਹ ਲਾਗੂ ਹੋਇਆ ਹੋਊਗਾ। ਜਿਹੜੀ ਪੁਰਾਣੀ ਰਵਾਇਤ ਸਾਡੇ ਬਜ਼ੁਰਗਾਂ ਨੇ ਜਿਹੜੇ ਉਦੋਂ ਬ੍ਰਿਟਿਸ਼ ਆਰਮੀ ਦੇ ਵਿੱਚ ਹੁੰਦੇ ਸੀ ਇਸ ਆਜ਼ਾਦ ਭਾਰਤ ਤੋਂ ਪਹਿਲਾਂ, ਉਹਨਾਂ ਦੀ ਮਰਿਆਦਾ ਹੁੰਦੀ ਸੀ ਅੰਮ੍ਰਿਤ ਛਕ ਕੇ ਅਤੇ ਤਿਆਰ ਬਰ ਤਿਆਰ ਹੋ ਕੇ ਨਾਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਸਰੂਪ ਹੁੰਦੇ ਸੀ, ਨਾਲ ਨਿਤਨੇਮ ਦੇ ਗੁਟਕੇ ਹੁੰਦੇ ਸੀ। ਇਹਨੇ ਉਹੋ ਹੀ ਤਰਜ ਦੇ ਉੱਤੇ ਜਿਹੜੇ 1914 'ਚ ਗੁਟਕੇ ਛਪੇ, ਜਿਹੜੇ ਉੱਥੇ ਬ੍ਰਿਟਿਸ਼ ਆਰਮੀ ਦੇ ਵਿੱਚ ਸਾਡੇ ਸਿੱਖ ਜਵਾਨ ਸੀ ਜਿਹੜੇ ਉਹ ਨਿਤਨੇਮ ਕਰਦੇ ਸੀ, ਉਸੇ ਤਰਜ ਦੇ ਉੱਤੇ ਇਹਨਾਂ ਨੇ ਆ ਇਹ ਗੁਟਕਾ ਜਿਹੜਾ ਇਹ ਇਹਨਾਂ ਨੇ ਛਾਪਿਆ। ਮੈਂ ਡਿਫੈਂਸ ਨੈਟਵਰਕ ਦਾ ਬਹੁਤ ਬਹੁਤ ਧੰਨਵਾਦ ਕਰਦਾ। ਇਹਦੇ ਵਿੱਚ ਨਾਲ ਪੰਜਾਬੀ ਵੀ, ਅੰਗਰੇਜ਼ੀ ਵੀ ਨਾਲ। ਔਰ ਇਹ ਜਿਹੜੇ ਇੱਦਾਂ ਦੇ ਸਿੱਖ ਆ, ਵਿੱਚ ਇੱਕ ਸਾਡੇ ਨਾਲ ਅੰਮ੍ਰਿਤਧਾਰੀ ਸਿੰਘ ਵੀ ਆਇਆ ਆ,
ਇਹ ਉਹਨਾਂ ਦਾ ਪਾਰਟ ਆਫ ਦੈਟ ਯੂਨੀਫਾਰਮ ਹੋ ਗਿਆ ਵੀ ਉਹਨੇ ਨਾਲ ਹੀ ਰੱਖਣਾ। ਉਹ ਤੋਂ ਇਲਾਵਾ ਜਿਹੜਾ ਇਹਨਾਂ ਨੇ ਤਿੰਨੇ ਫੋਰਸਿਸ ਆ, ਨੇਵੀ ਆ, ਚਾਹੇ ਏਅਰ ਫੋਰਸ ਆ, ਚਾਹੇ ਆਪਣੇ ਥਲ ਸੈਨਾ ਜਿਹਨੂੰ ਆਪਾਂ ਕਹਿ ਲੈਂਦੇ ਹਾਂ ਡਿਫੈਂਸ ਵਾਲੀ, ਉਹਦੇ ਵਿੱਚ ਵੀ ਤਿੰਨਾਂ ਦੀਆਂ ਦਸਤਾਰਾਂ ਜਿਹੜੀਆਂ ਆ ਇਹਨਾਂ ਨੇ ਵੱਖ ਵੱਖ, ਚਿੱਟੀ ਆ, ਨੀਲੀ ਆ ਅਤੇ ਦੂਸਰੀ ਇਹਨਾਂ ਨੇ ਹੁਣ ਪਹਿਨੀ ਵਾ। ਇਹ ਵੀ ਮੈਂ ਸਮਝਦਾ ਇੱਕ ਬਹੁਤ ਵੱਡੀ ਉਪਲਬਧੀ ਆ ਕਿ ਇਹਨਾਂ ਨੇ ਉੱਥੇ ਇੰਗਲੈਂਡ ਦੀ ਧਰਤੀ ਦੇ ਉੱਤੇ ਜਿਹੜੇ ਵੀ ਬੱਚੇ ਨਵੇਂ ਆਉਂਦੇ ਆ ਉਹਨਾਂ ਲਈ ਆ ਸਾਰਾ ਫਿਰ ਕਕਾਰਾਂ ਦਾ ਵੀ ਨਾਲ ਵਰਣਨ ਕੀਤਾ ਆ ਵੀ ਪੰਜ ਕਕਾਰ ਕਿਹੜੇ ਆ ਅਤੇ ਇਹਨਾਂ ਦੀ ਕਿਵੇਂ ਸੇਵਾ ਸੰਭਾਲ ਕਰਨੀ ਆ। ਸੋ ਮੈਂ ਇਹਨਾਂ ਨੂੰ ਇੱਥੇ ਆਇਆਂ ਅਤੇ ਅੱਜ ਜਿਉਂ ਆਖਦਾ ਧੰਨਵਾਦ ਵੀ ਕਰਦਾ ਕਿ ਪੁਰਾਣੀਆਂ ਪਰੰਪਰਾਵਾਂ ਅਸੀਂ ਸ਼ਾਇਦ ਗਵਾ ਬੈਠੇ ਹਾਂ, ਇਹਨੀ ਉਹ 1914 ਦੀ ਜਿਹੜੀ ਪਰੰਪਰਾ ਆ ਉਹਨੂੰ ਬਹਾਲ ਰੱਖ ਕੇ ਆਹ ਜਿਹੜਾ ਇੱਕ ਯੂਨੀਵਰਸਲ ਗੱਲ ਕੀਤੀ ਬਹੁਤ ਵੱਡੀ ਕਿ ਇਹ ਇਸ ਗੁਟਕੇ ਨੂੰ ਤੁਸੀਂ ਦੇਖੋਗੇ ਇਹਦੀ ਪੈਕਿੰਗ ਵੀ ਅਤੇ ਇਹਦੀ ਛਪਾਈ ਵੀ ਸਾਰੀ ਇਹ ਇੱਕ ਵਿਲੱਖਣ ਆ। ਅਤੇ ਇਹ ਸਭ ਤੋਂ ਵਿਲੱਖਣ ਇੱਕ ਗੱਲ ਹੋਰ ਆ ਵੀ ਜਿੱਥੇ ਇਹਨਾਂ ਨੇ ਆਪਣੇ ਸਾਰਾ ਹੋਰ ਸਮਾਨ ਦੀ ਸੇਵਾ ਸੰਭਾਲ ਕਰਨੀ ਆ ਉੱਥੇ ਨਿਤਨੇਮ ਵੀ ਨਾਲ ਗੁਟਕਾ ਜਿਹੜਾ ਆ ਉਹ ਇਹਨਾਂ ਦਾ ਪਾਰਟ ਐਂਡ ਪਾਰਸਲ ਹੋਊਗਾ। ਸੋ ਮੈਂ ਧੰਨਵਾਦ ਕਰਦਾ ਇਹਨਾਂ ਦਾ ਬਹੁਤ ਬਹੁਤ, ਸਾਡੇ ਜਨਰਲ ਸਾਹਿਬ ਜਿਹੜੇ ਜੋਸ਼ਨ ਸਾਹਿਬ ਜਿਹੜੇ ਸਾਡੇ ਸਾਰਾਗੜ੍ਹੀ ਦੇ ਸਾਰਿਆਂ ਸਾਕਿਆਂ ਨੂੰ ਆਪ ਡੀਲ ਕਰਦੇ ਆ, ਉਹ ਅੱਜ ਇੱਥੇ ਲੈ ਕੇ ਉਹਨਾਂ ਨੂੰ ਪਹੁੰਚੇ ਆ, ਉਹਨਾਂ ਦੇ ਵੀ ਧੰਨਵਾਦ। ਵੰਸ ਅਗੇਨ ਆਈ ਵੈਲਕਮ ਆਲ ਦਾ ਟੀਮ ਵਿੱਚ ਕਮ ਕੇਮ ਫਰੋਮ ਲੰਡਨ ਫਰੋਮ ਲੰਡਨ। ਸੋ ਮੈਂ ਦਿਲ ਦੀਆਂ ਡਗਾਈਆਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਨੂੰ ਜੀਵਾਂ ਆਖਦਾ ਅਤੇ ਧੰਨਵਾਦ ਵੀ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਧਿਆਨ।
ਮੈਂ ਤਾਂ ਪਿੱਛੇ ਹੀ ਹਾਂ। ਤੁਸੀਂ ਪਾੜ ਨਹੀਂ ਸਕਦੇ, ਗਿੱਲਾ ਵੀ ਨਹੀਂ ਹੁੰਦਾ, ਬਿਲਕੁਲ ਸਟਰੋਂਗ ਆ, ਕੇਸ ਵੀ ਤੁਸੀਂ ਦੇਖ ਸਕਦੇ ਹੋ। ਅਤੇ ਇਹਦੇ ਵਿੱਚ ਪੂਰੇ ਨਿਤਨੇਮ ਬਾਣੀਆਂ ਆ ਕਿ ਜਿੱਥੇ ਵੀ ਕੱਲ੍ਹ ਨੂੰ ਮੈਂ ਜਾਵਾਂ, ਭਾਵੇਂ ਜੰਗ 'ਚ ਜਾਵਾਂ, ਮੇਰਾ ਨਿਤਨੇਮ ਕਰ ਮੇਰੇ ਨਾਲ ਹੈ। ਹਾਂਜੀ, ਇੱਕ ਪ੍ਰਧਾਨ ਸਾਹਿਬ, ਪ੍ਰਧਾਨ ਸਾਹਿਬ ਲਿਖਿਆ ਕੀ ਨਾਮ ਹੈ?